जिला कसूर के इलाके अलाबाग में बहुत बड़ी वारदात होती है। डाकू पूरे घर का सफाया कर गए, 19 तोले सोना लेके फरार हो गए और 18 लाख रुपए जो है वो भी ले गए। ये तो बुआ ना खोलिया असी तेन टपा देना, इतों ना पिटला इधर टेबल नहीं। 12-1 बजे दे आए जाना वाले गए ने। चाचा जी मैनूं दस्सो किवें वारदात होई, किदो होई, किन्ने बंदे सी? ए जी 10-11 बंदे ऐसी असी सुत्ते पैसा सन, सुत्या नूं ना बंद दित्ता, बन के कुट मार के उन्हें मालकान पे सानू उधर के मालकान मलाओ ते पैसे उन्हें लेने से। अच्छा एक किदो दा वाकया है? 12-1 बजे तो शुरू होए ने ते अजाना वाले गए ने। सारी कहानी दसो तुसी किथे सुते पैसे जे किवें आए ने, की मामला होया? आप बरांडे च बाहर जाओ उत्थे सुते पैसे। अच्छा ये चार बंदे मैं आपके घर प्यार पहले उन्हें इन्हों कुटिया मारिया बन दिता उत्थे परा छड आए ने। फिर ए बाबे ने धरू के लियाए ने मेरे कोल भी चल सानू बंदा माल आला, मैं बाजी के डंगरां ने जी पट्ठे पाना माल नू उन्हें भी मुलाजम हो। फिर उन्हें मैनू कुटिया, मैनू उन्हें जिले बिठाया, उन्हें पहले तो मेरे हाथ कुटे ने, हाथ कुट के फिर मुश्कां बाई बन दियां ने, मुश्कां बाई बन के तो फिर उन्हें मैनू जरा तरूक लै गए ने आ जम्मू थले। जम्मू थलों फिर हूँ इन्हों उत्थे भाता इतने लिया, इतने सारे आए डेरे च, डेरे चो फिर घर मैंने लगाए ने जबरदस्ती तरूक लगाए ने भी चल भी तू बोलेगा तो बुआ खुलेगा ना, वरना बुआ नहीं खोलना उन्हें। ਉਹਨਾਂ ਜੇ ਤੂੰ ਬੂਹਾ ਨਾ ਖੋਲਿਆ ਅਸੀਂ ਤੈਨੂੰ ਟਪਾ ਦੇਣਾ, ਇੱਥੇ ਨਾ ਪਿੱਟਣ ਲਈ ਦੱਸਿਆ ਵੀ ਨਹੀਂ ਮੈਨੂੰ, ਮਜਬੂਰੀ ਤੋਂ ਫਿਰ ਆਵਾਜ਼ ਮਾਰਨੀ ਪਈ। ਇਹ ਸਾਰਿਆਂ ਤੋਂ ਪਹਿਲੇ ਕਿਹਨੂੰ ਉਠਾਇਆ? ਸਾਰਿਆਂ ਤੋਂ ਪਹਿਲੇ ਉਹਨਾਂ ਸਾਡੇ ਮਿਸਤਰੀਆਂ ਨੂੰ ਉਠਾਇਆ। ਨਾਜ਼ਰੀ ਮੇਰੇ ਸਾਥ ਉਹ ਮਿਸਤਰੀ ਵੀ ਮੌਜੂਦ ਹੈ, ਇਨਸੇ ਬਾਤ ਕਰਦੇ ਹਾਂ। ਸੁਣਨ 'ਚ ਆਇਆ ਤੁਹਾਨੂੰ ਉਹਨਾਂ ਨੇ ਬੜਾ ਮਾਰਿਆ, ਕਿਵੇਂ ਵਾਰਦਾਤ ਹੋਈ, ਕਿਵੇਂ ਸਾਰਿਆਂ ਤੋਂ ਪਹਿਲੇ ਤੁਹਾਨੂੰ ਆ ਕੇ ਬਿਠਾਇਆ? ਹਾਂਜੀ ਅਸੀਂ ਪੈ ਦੇ ਸੁੱਤੇ ਤੇ ਉੱਥੋਂ ਮਿੰਟਵਲੇ ਨੂੰ ਉਹਨਾਂ ਉਠਾਇਆ ਸਾਨੂੰ, ਜਿਹੜੀ ਸ਼ੀਪ ਮੰਡੀ ਮੁੰਡੀ ਸਾਰਾ ਕੁਝ ਲੈ ਗਏ, ਪੈਸਾ ਪਾਸ ਸੋਨਾ ਸੋਨਾ ਸਾਰਾ ਕੁਝ ਲੈ ਗਏ। ਕੈਮਰਿਆਂ ਦੀ ਕਾਪੀ ਜਿਹੜੀ ਸੀ ਉਹ ਆਪਣੀ ਰਿਹਾਇਸ਼ ਕਿੱਥੋਂ ਦੀ ਹੈ? ਮੰਡੀ ਚਿਸ਼ਤੀਆਂ। ਮੰਡੀ ਚਿਸ਼ਤੀਆਂ ਉਹ ਕੰਮ ਕਰਨ ਆਏ ਹੋ? ਤੁਹਾਨੂੰ ਪਹਿਲੇ ਕੋਈ ਪਹਿਲੇ ਦਾ ਵੀ ਐਵੇਂ ਵਾਕਿਆ ਹੋਇਆ ਹੈ ਅੱਜ ਤੋਂ ਪਹਿਲੇ? ਨਹੀਂ। ਕੋਈ ਉਹਨਾਂ ਕੋਲ ਚੀਜ਼ ਵੀ ਹੈ ਇਸ ਕੋਲ? ਪਿਸਟਲ ਹੈਗਾ ਸਾਰਿਆਂ ਕੋਲ, ਖਾਲੀ ਕੋਈ ਨਹੀਂ ਹੈਗਾ ਸੀ। ਫੇਰ ਉਠਾਉਂਦਾ ਸੀ ਦੂਸਰੇ ਨੇ ਇੱਥੇ ਪਿਸਟਲ ਰੱਖ ਦਿੰਦਾ ਸੀ। ਸਾਰਿਆਂ ਤੋਂ ਪਹਿਲੇ ਤੁਹਾਨੂੰ ਉਠਾਇਆ ਹੈ, ਫਿਰ ਉਸ ਤੋਂ ਬਾਅਦ ਤੁਹਾਨੂੰ ਲੈ ਗਏ ਤਾਰ ਤੋਂ ਨਾਲ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਆਏ ਨੇ? ਹਾਂਜੀ। ਠੀਕ ਹੈ। ਅੱਛਾ ਸਿਰ ਤੁਹਾਨੂੰ ਲੈ ਕੇ ਆਏ ਨੇ? ਹਾਂਜੀ। ਤੁਸੀਂ ਜਦੋਂ ਤੁਹਾਨੂੰ ਲੈ ਕੇ ਆਏ ਤੁਸੀਂ ਵੇਖਿਆ ਤੜੇ ਹੋਏ ਨੇ? ਮੈਨੂੰ ਤਾਂ ਉਹਨਾਂ ਬੰਨਿਆ ਸੀ, ਉਹਨਾਂ ਮੈਨੂੰ ਵੀ ਨਹੀਂ ਉਸ਼ਾਮ ਦਿੱਤੀ, ਉਹਨਾਂ ਮੈਨੂੰ ਵੀ ਬੰਨ ਕੇ ਬੜਾ ਕੁੱਟਿਆ ਤੇ ਤਰੂਕ ਲੈ ਗਏ ਮਾਲਕਾਂ ਨੂੰ ਪਲਾਹ ਕਰੋ। ਆਵਾਜ਼ ਕਿਆ ਮਾਰੋ ਤੁਸੀਂ, ਕਿਵੇਂ ਆਵਾਜ਼ ਮਾਰੀ, ਉਹਨਾਂ ਨੂੰ ਕਿਵੇਂ ਬੁਲਾਇਆ? ਮੈਂ ਤਾਂ ਬਾਜੀ ਜੀ ਕਰਕੇ ਉਹਨਾਂ ਜਿਵੇਂ ਉਹਨਾਂ ਮੈਨੂੰ ਆਖਿਆ ਮੈਨੂੰ ਤਾਂ ਫਿਰ ਉਵੇਂ ਕਰਨਾ ਪਿਆ ਵੀ ਜਿਵੇਂ ਤੂੰ ਬੁਲਾਉਣਾ ਉਹਨਾਂ ਨੂੰ ਬਾਜੀ ਕਰਕੇ ਆਵਾਜ਼ ਮਾਰ ਕੇ ਬਾਹਰ ਕਢਾ। ਤੁਸੀਂ ਨਾਂ ਨੂੰ ਨਹੀਂ ਕੀਤੀ, ਮੈਂ ਨਹੀਂ ਬੁਲਾਉਣਾ ਵੀ ਉਹਨਾਂ ਮੈਨੂੰ ਕੁੱਟਿਆ ਹੀ ਇੰਨਾ ਸੀ ਕਿ ਉਹਨਾਂ ਇੱਥੇ ਰੱਖੀ ਰੱਖਿਆ, ਇੱਥੇ ਸੰਗੀਤ ਚੜੇ ਰਹਿਣ ਮੈਨੂੰ ਧੌਣ ਦੇ ਉੱਤੇ ਉਹਨਾਂ ਲੱਤ ਰੱਖੀ ਰੱਖੀ ਹੈ, ਫਿਰ ਫੈਰ ਤੋਂ ਸੌਲ ਉਹਨਾਂ ਮੇਰੇ ਤੋਂ ਬਾਈ ਰੱਖਿਆ ਛੇਤੀ ਘਰ ਮੈਂ ਹਿੱਸਾ ਉਹਨਾਂ ਕੰਮ ਲਾ ਲਿਆ ਜੀ। ਤੁਸੀਂ ਦਰਵਾਜ਼ਾ ਖੁਲਾ ਲਿਆ, ਤੁਸੀਂ ਉਹਨਾਂ ਦੇ ਨਾਲ ਹੀ ਅੰਦਰ ਗਿਆ ਸੀ ਜੀ? ਨਹੀਂ, ਦਰਵਾਜ਼ਾ ਉਹਨਾਂ ਖੁਲਾਰਿਆ, ਸਭ ਨਹੀਂ ਅੰਦਰੋਂ ਨਿਕਲੀ, ਉਵੇਂ ਉਹਨਾਂ ਮੈਨੂੰ ਵੀ ਨੱਪ ਦਿੱਤਾ ਵੀ ਇਹ ਕਿਤੇ ਭੱਜੇ ਨਾ, ਵੀ ਅਸੀਂ ਉਹਨੂੰ ਫੜੀਏ ਤੇ ਇਹ ਨਾ ਨਿਕਲ ਜਾਵੇ। ਉਹਨਾਂ ਮੈਨੂੰ ਵੀ ਗੁੱਫ ਲਿਆ ਤੇ ਉਹਨੂੰ ਵੀ ਗੁੱਫ ਲਿਆ ਤੇ ਉਹਨਾਂ ਆਪਦਾ ਕੰਮ ਪੂਰਾ ਕਰ ਲਿਆ ਜੀ। ਫਿਰ ਉਹ ਮੇਰੇ ਵਾਲੇ ਲੈ ਗਏ ਨੇ, ਉਹਨਾਂ ਪਿਸਟਲ ਦੇ ਅੱਗੇ ਕੀ ਉਹਨਾਂ ਨੂੰ ਤੈਨੂੰ ਪਤਾ ਵੀ ਕੁਛ ਵੀ ਕਰ ਸਕਦੇ ਨੇ। ਇਹ ਜਨਾਬ ਆ ਉਹਨਾਂ ਮੈਨੂੰ ਡੰਡਾ ਮਾਰਿਆ ਇੱਥੇ ਅੱਖ ਤੇ, ਉਹ ਦੋ ਨਾ ਇੱਧਰ ਸੱਟੇ ਨੇ, ਗੁੱਜੀ ਮਾਰ ਉਹਨਾਂ ਬੜੀ ਦਿੱਤੀ ਆ ਪਿੰਡੇ ਦਾ ਲੱਤ ਤੇ ਉਹਨਾਂ ਮੈਨੂੰ ਚੰਗਾ ਠੋਕਿਆ, ਆ ਇੱਥੇ ਡੰਡੇ ਦੋ ਮਾਰੇ ਨੇ, ਖੂਨੋ ਖੂਨ ਹੋ ਗਿਆ ਮੈਂ, ਜਾਣ ਕੇ ਉਹਨਾਂ ਬਹੁਤ ਬੁਰੀ ਹਾਲਤ ਕੀਤੀ ਜੀ। ਸੋਚਦੇ ਨਹੀਂ ਸਾਜੇ ਭਾਵੇਂ ਅੱਜ ਆਖਰੀ ਦਿਨ ਹੋਵੇ, ਸੋਚ ਤਾਂ ਜੀ ਇਹੋ ਹੀ ਨਾ ਮਾਰ ਹੀ ਦੇਣ ਦੇ। ਜਦੋਂ ਗਏ ਨੇ ਤੁਹਾਨੂੰ ਪਤਾ ਹੈ? ਹਾਂ, ਜਦੋਂ ਗਏ ਸੀ ਸਾਨੂੰ ਸਾਰਾ ਪਤਾ। ਥੋੜਾ ਕਾਢ ਕੇ ਗਏ, ਕਿਵੇਂ ਗਏ ਨੇ, ਕਿਸ ਤਰ੍ਹਾਂ ਗਏ ਨੇ, ਕੀ ਮਾਰ ਕੇ ਗਏ? ਅੰਦਰ ਤਾਲਾ ਮਾਰ ਕੇ ਗਏ, ਫਿਰ ਦੋ ਬੰਦੇ ਚਾਰ ਬਾਹਰ ਹੀ ਖੜੇ ਰਹੇ, ਇਹ ਪਿੰਡ ਵਾਲ ਨੂੰ ਖਬਰ ਨਾ, ਬਾਕੀ ਅੰਦਰ ਗਏ ਰਹੇ, ਇਹਨੂੰ ਲੈ ਗਏ। ਉਸ ਤੋਂ ਬਾਅਦ ਹੋਰ ਤਾਲਾ ਮਾਰ ਕੇ ਤੇ ਮੋਬਾਈਲ ਰੱਖ ਕੇ ਤੇ ਨਿਕਲ ਗਏ। ਚਾਰ ਬੰਦੇ? ਪੰਜ ਬੰਦੇ। ਚਾਰ ਆਪਣੇ ਬੰਦੇ ਜੀ ਸਾਡੇ ਇੱਥੇ ਸੁੱਤੇ ਪੈਣ ਦੇ। ਅੱਛਾ ਚਾਚਾ ਜੀ ਮੈਨੂੰ ਇਹ ਦੱਸੋ, ਤੁਸੀਂ ਤੇ ਇੱਧਰ ਤੜੇ ਹੋਏ ਸੀ ਜੀ? ਇਹ ਚਾਚਾ ਜੀ ਇੱਧਰ ਤੜੇ ਸਨ, ਤੇ ਉਹ ਫਿਰ ਕਿਵੇਂ ਬਾਹਰ ਆਏ, ਇਹ ਕਿਵੇਂ ਆਏ, ਤੁਸੀਂ ਕਿਵੇਂ ਬਾਹਰ ਆਏ? ਉਹ ਜੀ ਇਸ ਟਾਈਮ ਵੀ ਉਹ ਚਲੇ ਗਏ ਨੇ, ਅਸੀਂ ਉਹ ਦਰਵਾਜ਼ਾ ਮੈਂ ਤੋੜਿਆ, ਬਾਜੀ ਨੇ ਅਹਿਮ ਦਰਵਾਜ਼ਾ ਤੋੜਾ, ਆਪਾਂ ਤਾਂ ਬਾਹਰ ਨਿਕਲ ਗਏ। ਉਹ ਦਰਵਾਜ਼ੇ ਦੇ ਫੱਟੀਆਂ ਟੁੱਟੀਆਂ ਸੀ, ਉਹਨੂੰ ਵੱਟਾ ਮਾਰਿਆ, ਉਹ ਵੱਟਾ ਮਾਰਿਆ ਫੱਟੀ ਟੁੱਟ ਗਈ, ਫਿਰ ਵੱਟਾ ਮਾਰਿਆ ਫੱਟੀ ਦੂਸਰੀ ਵੀ ਟੁੱਟ ਗਈ, ਤੇ ਅਸੀਂ ਬਾਹਰ ਨਿਕਲੇ ਹਾਂ। ਕੰਮ ਉਹ ਸਾਰਾ ਲਾ ਗਿਆ, ਪੈਸੇ ਪੂਸੇ ਜੇਵਰ ਸਭ ਕੁਛ ਲੈ ਗਏ, ਸਾਨੂੰ ਨਹੀਂ ਪਤਾ ਕਿੱਧਰ ਨੂੰ ਗਏ ਨੇ ਤੇ ਕਿੱਧਰ ਨੂੰ ਨਹੀਂ ਗਏ। ਚਾਚਾ ਜੀ ਤੁਸੀਂ ਇੱਧਰ ਸਾਜੇ? ਇੱਥੇ ਵੀ ਸੇ ਤਿੰਨਿਆਂ ਵੀ ਪਈ। ਤੁਸੀਂ ਵੀ ਨਾਲ ਸਾਜੇ? ਹਾਂਜੀ। ਤੇ ਤੁਸੀਂ ਫਿਰ ਕਿਵੇਂ ਬਾਹਰ ਆਏ? ਅਸੀਂ ਵੀ ਦਰਵਾਜ਼ਾ ਖੋਲੇ, ਖਿੱਚਿਆ, ਹਾਂ ਟੁੱਟ ਗਿਆ, ਹਾਂ ਟੁੱਟ ਗਿਆ, ਫਿਰ ਬਾਹਰ ਆਏ। ਉਦੋਂ ਪਹਿਲੇ ਖਿੱਚ ਲਵੋ ਆ, ਪਹਿਲਾਂ ਸਾਡੇ ਕੋਲ ਖਿੱਚੇ ਜਾਂਦੇ ਜਿਹੜੇ ਉੱਤੇ ਖਿੱਚੀ ਖੜੇ ਸੀ, ਉਹ ਸਾਨੂੰ ਤਾਂ ਉਹਨਾਂ ਨੇ ਦਿੱਤਾ ਪਿਸਟਲ ਸੀ ਉਹਨਾਂ ਕੋਲ, ਸਾਰਿਆਂ ਕੋਲ ਸੀ, ਸਾਰਿਆਂ ਕੋਲ ਸੀ।
ਗਿਆ ਚਲੇ ਨੇ ਉਸ ਤੋਂ ਬਾਅਦ ਘਰ ਦੇ ਵਿੱਚ ਖਲਾਰਾ ਖਲੂਰਾ ਕੀ ਕੀ ਪਿਆ ਸੀ ਕੀ ਕੀ ਵੇਖਿਆ ਤੁਸੀਂ ਉਹ ਨਾ ਜੀ ਰੁਪਈਏ ਲੈ ਗਏ ਨੇ ਮਾਲਕਾਂ ਦਾ ਜੇਵਰ ਸੀ ਉਹ ਵੀ ਲੈ ਗਏ ਨੇ ਜੀ ਹੋਰ ਹੁਣ ਸਾਨੂੰ ਕੀ ਪਤਾ ਕੀ ਕੀ ਸ਼ੈਲ ਗਏ ਨੇ ਖਰੇ ਉਹਨਾਂ ਦੀ ਤੇ ਸਾਨੂੰ ਨਾ ਨੁਕਰ ਚ ਉਹਨਾਂ ਲਾਤਾ ਉੱਤੇ ਬੰਦੇ ਜੀ ਖਲੇ ਰਹੇ ਨੇ ਵੀ ਤੁਸੀਂ ਕੁਛ ਕਹਿਣਾ ਨਹੀਂ ਪਾਉਣੀ ਵੇਖਣਾ ਪੁਲਿਸ ਨੇ ਆ ਕੇ ਤੁਹਾਡੇ ਕੋਲ ਪੁੱਛਿਆ ਹਾਂ ਜੀ ਉਹਨਾਂ ਵੀ ਇੰਟਰਵਿਊ ਸਾਡੇ ਕੋਲ ਲਿਆ ਕੀ ਕਹਿੰਦੇ ਨੇ ਕੀ ਜੋ ਤੁਹਾਨੂੰ ਆਖਿਆ ਜੀ ਉਹ ਹੀ ਉਹਨਾਂ ਨੂੰ ਆਖਿਆ ਜੀ ਤੋ ਕੀ ਕਹਿੰਦੇ ਨੇ ਅੱਗੋ ਜੋ ਨਾ ਕੁਛ ਕਰਨੇ ਆ ਨਿਬਲ ਲੈਣੇ ਆ ਜੀ ਉਹਨਾਂ ਤੋਂ नासरीन आपने ये सारी कहानी सुनी किस तरह वारदात हुई काफी बड़ी वारदात थी जिला कसूर में ये थी आज की उर्दू पॉइंट हालात।